ਮਾਂ ਨੇ ਕਰਜ਼ਾ ਚੁੱਕ ਪੁੱਤ ਨੂੰ ਤੋਰਿਆ ਸੀ ਬਾਹਰ, ਬਿਮਾਰੀ ਦੇ ਕਾਰਨ ਅੱਜ ਉਸਦੀ ਮੌਤ ਹੋ ਗਈ ਹੈ। ਮਹਿਜ਼ 22 ਸਾਲਾਂ ਦਾ ਲਕਸ਼ਦੀਪ ਸਿੰਘ, ਜੋ ਕਿ ਹਲਕਾ ਮਜੀਠਾ ਦੇ ਪਿੰਡ ਬੁਲਾਰਾ ਦਾ ਰਹਿਣ ਵਾਲਾ ਸੀ। ਘਰ ਦੇ ਹਾਲਾਤ ਤੁਸੀਂ ਦੇਖ ਹੀ ਲਏ ਨੇ, ਕੀ ਹਾਲਾਤ ਨੇ। ਇਹਨਾਂ ਨੂੰ ਸੁਧਾਰਨ ਦੇ ਲਈ ਲਕਸ਼ਦੀਪ ਸਿੰਘ ਨੇ ਬਾਹਰ ਜਾਣ ਦਾ ਰਾਹ ਚੁਣਿਆ। ਹੋਰ ਨੌਜਵਾਨਾਂ ਦੇ ਵਾਂਗੂ ਜਿਵੇਂ ਪੰਜਾਬ ਦੇ ਵਿੱਚ ਹੋਰ ਨੌਜਵਾਨ ਹੋੜ ਦੇ ਵਿੱਚ ਬਾਹਰ ਜਾਂਦੇ ਨੇ, ਅਤੇ ਇਹ ਨੌਜਵਾਨ ਨੇ ਵੀ ਬਾਹਰ ਜਾਣ ਦਾ ਫੈਸਲਾ ਲਿਆ। ਤਾਂ ਮਾਂ ਨੇ ਆਪਣੇ ਪੁੱਤ ਦੀ ਇੱਛਾ ਪੂਰੀ ਕਰਨ ਦੇ ਲਈ ਕਰਜ਼ਾ ਚੁੱਕਿਆ। 20 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ 22 ਸਾਲਾਂ ਦਾ ਹੈ ਜੋ, ਉਸਨੂੰ ਬਾਹਰ ਤੋਰਿਆ, ਅਤੇ ਹਾਲੇ 20 ਦਿਨ ਵੀ ਨਹੀਂ ਹੋਏ ਸੀ ਮੁੰਡੇ ਨੂੰ ਬਾਹਰ ਪਹੁੰਚਿਆ ਕਿ ਉਸਦੀ ਹੁਣ ਮੌਤ ਦੀ ਖਬਰ ਆ ਗਈ ਹੈ। ਮੌਤ ਦੀ ਖਬਰ ਆਉਂਦੇ ਹੀ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ, ਘਰ ਦੇ ਵਿੱਚ 70 ਵਿੱਚ ਗਏ ਨੇ। ਮਾਂ ਦਾ ਅਤੇ ਦਾਦੀ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਮੁੰਡੇ ਦਾ ਪਿਤਾ ਹੈ ਜਿਹੜਾ, ਉਹ ਵੀ ਇੱਕ ਐਕਸੀਡੈਂਟ ਦੇ ਵਿੱਚ ਉਸਦੀ ਡੈਥ ਹੋ ਗਈ ਸੀ। ਦੱਸ ਦਈਏ ਕਿ ਹਾਲੇ ਇਸ ਨੌਜਵਾਨ ਦੇ ਛੋਟੇ ਭੈਣ ਭਰਾ ਵੀ ਨੇ, ਉਹਨਾਂ ਦੀ ਪਰਵਰਿਸ਼ ਦੇ ਲਈ, ਉਹਨਾਂ ਦੇ ਚੰਗੇ ਭਵਿੱਖ ਲਈ ਇਹ ਨੌਜਵਾਨ ਬਾਹਰ ਗਿਆ ਸੀ। ਪਰ ਮੰਦਭਾਗੀ ਖਬਰ ਹੈ, UK ਦੇ ਵਿੱਚ ਰਹਿੰਦਾ ਸੀ 22 ਸਾਲਾਂ ਦਾ ਲਕਸ਼ਦੀਪ ਸਿੰਘ, ਜਿਸ ਦੀ ਕਿ ਕਿਸੇ ਬਿਮਾਰੀ ਦੇ ਕਾਰਨ ਮੌਤ ਹੋ ਗਈ। ਅਤੇ ਹੁਣ ਘਰ ਦੇ ਤੁਸੀਂ ਹਾਲਾਤ ਦੇਖੋ ਕੀ ਹਾਲਾਤ ਨੇ। ਇਹਨਾਂ ਨੂੰ ਸੁਧਾਰਨ ਦੇ ਲਈ ਲਕਸ਼ਦੀਪ ਸਿੰਘ ਬਾਹਰ ਗਿਆ ਸੀ। ਤਾਂ ਮਾਂ ਨੇ ਕਰਜ਼ਾ ਚੁੱਕ ਕੇ ਆਪਣੇ ਪੁੱਤ ਦਾ ਸੁਪਨਾ ਪੂਰਾ ਕੀਤਾ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਤੇ ਹੁਣ ਪਰਿਵਾਰ ਪੁੱਤ ਦੀ ਲਾਸ਼ ਨੂੰ ਭਾਰਤ ਲਿਆਉਣ ਦੇ ਲਈ ਸਰਕਾਰ ਤੋਂ ਮਦਦ ਮੰਗ ਰਿਹਾ ਹੈ। ਹਰੇਕ ਸਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰਦੇ ਨੇ, ਉਸੇ ਤਰੀਕੇ ਦੇ ਨਾਲ ਲਕਸ਼ਦੀਪ ਸਿੰਘ ਵੀ ਬਾਹਰ ਗਿਆ ਸੀ। ਪਰ ਅਫਸੋਸ, 20 ਦਿਨਾਂ ਦੇ ਅੰਦਰ ਹੀ ਉਸਦੀ ਮੌਤ ਹੋ ਗਈ। ਮੇਰਾ ਭਾਂਜਾ ਲੱਗਦਾ ਜੀ, ਉਹਨੂੰ ਅਸੀਂ ਇੰਗਲੈਂਡ ਭੇਜਿਆ ਸੀਗਾ ਪੜ੍ਹਨ ਵਾਸਤੇ। ਹਾਂਜੀ, ਕੀ ਗੱਲ ਹੋ ਗਈ ਜੀ? ਇੱਥੋਂ 9 ਤਰੀਕ ਨੂੰ ਗਿਆ ਅਤੇ 10-11 ਨੂੰ ਪਹੁੰਚਿਆ ਉੱਥੇ, ਅਤੇ 1-2 ਦਿਨ ਤਾਂ ਠੀਕ ਰਿਹਾ ਉੱਥੇ ਜਾ ਕੇ। ਫਿਰ ਉਹ ਤੋਂ ਬਾਅਦ ਉਹਨੂੰ ਬੁਖਾਰ, ਹਲਕਾ ਹਲਕਾ ਬੁਖਾਰ ਹੋਣ ਲੱਗ ਪਿਆ ਅਤੇ ਠੰਡ ਲੱਗਣ ਲੱਗ ਪਈ, ਅਤੇ ਉਹ ਤੋਂ ਬਾਅਦ ਠੰਡ ਲੱਗੀ ਅਤੇ ਫਿਰ 29 ਤਰੀਕ ਨੂੰ ਉਹਨੂੰ ਥੋੜ੍ਹਾ ਚੱਕਰ ਜਿਹਾ ਆਇਆ ਤਾਂ ਉਹ ਡਿੱਗ ਪਿਆ, ਅਤੇ ਉਹ ਤੋਂ ਬਾਅਦ ਫਿਰ ਉਹਨੂੰ ਹੋਸਪਿਟਲ ਲੈ ਗਏ। ਉੱਥੇ ਕਹਿੰਦੇ ਕਿ ਜਾਂਦੇ ਜਾਂਦੇ ਹੀ ਐਕਸਪਾਇਰ ਹੋ ਗਿਆ। ਪਿੰਡ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ, ਠੀਕ ਠਾਕ ਸੁਭਾਅ ਸੀ, ਕੋਈ ਨਸ਼ਾ ਪਤਾ ਨਹੀਂ ਸੀ ਕਰਦਾ, ਕੋਈ ਕੁਛ ਐਪ ਨਹੀਂ। ਸਵੇਰੇ ਉੱਠ ਕੇ 3:30-4 ਵਜੇ ਗੁਰਦੁਆਰਾ ਜਾਂਦਾ ਸੀ, ਅਤੇ ਆਪਣਾ ਪੂਜਾ ਪਾਠ ਜੋ ਮੱਥਾ ਟੇਕਣਾ ਉਹ ਕਰਦਾ ਸੀ ਅਰਦਾਸ। ਉਹਦੇ ਫਾਦਰ ਸੀ ਨਾ, ਉਹਨਾਂ ਦੀ ਵੀ 14 ਵਿੱਚ ਰੋਡ ਐਕਸੀਡੈਂਟ ਵਿੱਚ ਐਕਸਪਾਇਰ ਹੋ ਗਏ ਸੀਗੇ। ਉਹਨੂੰ ਭੇਜਿਆ ਲੈ ਕੇ, ਕਿਉਂਕਿ ਜਿਸ ਤਰ੍ਹਾਂ ਬੱਚੇ ਦਾ ਸੁਭਾਅ ਹੀ ਸਾਰਿਆਂ ਨੇ ਮੇਲ ਤੋੜ ਹੀ ਗਿਆ, ਅਤੇ ਉਹਨਾਂ ਨੇ ਕਿਸੇ ਨੇ ਮਨਾ ਨਹੀਂ ਕੀਤਾ, ਪੈਸੇ ਦਿੱਤੇ ਸਰ, ਮਤਲਬ ਲੋਨ ਹੀ ਇੱਕ ਤਰ੍ਹਾਂ ਸਮਝੋ ਕਰਜ਼ਾ ਚੁੱਕ ਕੇ ਗਿਆ ਭੇਜਿਆ। ਮੰਗ ਅਸੀਂ ਜੀ ਗੱਲ ਇਹੋ ਕਰਦੇ ਕਿ ਬੇਟਾ ਸਾਡਾ ਜੇ ਥੋੜ੍ਹੀ ਵਾਪਸ ਆ ਜਾਏ, ਬਾਕੀ ਜੋ ਕਰਨਾ ਚਾਹੀਦਾ ਸਰਕਾਰ ਸਾਨੂੰ, ਬਾਕੀ ਕਰਨੀ ਚਾਹੀਦੀ। ਬਸ ਮੇਰਾ ਬੱਚਾ ਚਾਹੀਦਾ, ਮੈਨੂੰ ਮੇਰਾ ਬੇਟਾ ਚਾਹੀਦਾ ਵਾ, ਮੈਂ ਨਹੀਂ ਹੋਰ ਕੁਛ ਵੀ ਜਾਣਾ, ਮੈਨੂੰ ਕੁੱਖ ਨਹੀਂ ਚਾਹੀਦਾ, ਮੈਨੂੰ ਕੁੱਖ ਨਹੀਂ ਦੱਸਣਾ ਬਾਅਦ, ਮੈਨੂੰ ਮੇਰਾ ਬੇਟਾ ਚਾਹੀਦਾ ਵਾ ਬਸ।